ਹਾਂਜੀ ਬੇਟਾ ਇਹ ਆਪਣਾ ਜਿਹੜਾ ਹੈਗਾ 25 ਨਵੰਬਰ ਦਾ ਲੈਕਚਰ ਹੈਗਾ ਜਿਸ ਦੇ ਵਿੱਚ ਆਪਾਂ ਨੇ ਫੋਰিয়ার ਸੀਰੀਜ਼ ਦਾ ਚੈਪਟਰ ਸ਼ੁਰੂ ਕੀਤਾ ਹੋਇਆ ਹੈਗਾ ਤੇ ਅਗਲੀ ਆਪਾਂ ਕਰ ਦੇਾਂਗੇ ਡ੍ਰਿਚਲੇਟਸ ਕੰਡੀਸ਼ਨ ਡ੍ਰਿਚਲੇਟ ਕੰਡੀਸ਼ਨਸ ਕੀ ਹੁੰਦੀ ਹੈ ਇਹ ਠੀਕ ਹੈ ਦੇਖੋ ਬੇਟਾ ਇਹ ਜਸਟ ਆਪਾਂ ਜਿਹੜੀ ਹੈਗੀ ਡੈਫੀਨੇਸ਼ਨ ਤੁਸੀਂ ਇੱਥੇ ਯਾਦ ਕਰਨੀ ਹੈ ਡ੍ਰਿਚਲੇਟ ਕੰਡੀਸ਼ਨ ਦੀ ਕਲੀਅਰ ਇਹਨੂੰ ਯਾਦ ਰੱਖਣਾ ਹੈਗਾ ਕੀ ਜਦੋਂ ਵੀ ਆਪਾਂ ਫੋਰিয়ার ਸੀਰੀਜ਼ ਕੱਢਣੀ ਹੈਗੀ ਇਹਦੇ ਤੇ ਕੀ ਹੈ ਕੁਝ ਕੰਡੀਸ਼ਨਸ ਅਪਲਾਈ ਕਰ ਦਿੱਤੇ ਜਾਂਦੇ ਨੇ ਡਿਰੀਚਲੇਟ ਕੰਡੀਸ਼ਨਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ ਨੈਕਸਟ ਇਹ ਆਪਣੇ ਕੋਲ ਫੋਰিয়ার ਦੀ ਨਮੀ ਅਗਲੀ ਟਾਈਪ ਆ ਜਾਂਦੀ ਹੈ ਲਾਸਟ ਐਕਸਰਸਾਈਜ਼ 'ਚ ਤੁਹਾਨੂੰ ਫੋਰিয়ার ਸੀਰੀਜ਼ ਕੱਢਣਾ ਸਿਖਾਇਆ ਸੀਗਾ ਉਹਦੇ ਵਿੱਚ ਸਿੰਪਲ ਆਪਣੇ ਕੋਲੇ ਫੰਕਸ਼ਨਸ ਜਿਹੜੇ ਹੈਗੇ ਹੈਗੇ ਜਿਵੇਂ ਕਿ ਐਫ ਐਕਸ ਦਿੱਤਾ ਹੋਇਆ ਸੀਗਾ ਜਿਹਨੂੰ ਤੁਸੀਂ ਫੋਰিয়ার ਸੀਰੀਜ਼ 'ਚ ਕਨਵਰਟ ਕਰਨਾ ਹੁੰਦਾ ਆ ਫਾਰਮੂਲਾ ਅਪਲਾਈ ਕਰਕੇ ਆਪਾਂ इजीली ਇਹਨੂੰ ਜਿਹੜਾ ਹੈਗਾ ਫੋਰিয়ার ਸੀਰੀਜ਼ ਚ ਕਨਵਰਟ ਕਰ ਦਿੰਦੇ ਸੀ ਪਰ ਇਹਦੇ ਵਿੱਚ ਅਗਲੀ ਐਕਸਰਸਾਈਜ਼ ਜਿਹੜੀ ਹੈ ਆਪਾਂ ਨੇ ਕਰਨਾ ਕੰਮ ਉਹੀ ਹੈਗਾ ਆਪਾਂ ਨੂੰ ਫੰਕਸ਼ਨ 기ਵਨ ਹੋਏਗਾ ਜਿਹਨੂੰ ਆਪਾਂ ਫੋਰিয়ার ਸੀਰੀਜ਼ ਚ ਕਨਵਰਟ ਕਰਾਂਗੇ ਬਟ देयर ਆਰ ਸਮ ਡਿਟ੍ਰਿਜਲਟ ਕੰਡੀਸ਼ਨਸ ਕਲੀਅਰ ਤਾਂ ਉਹ ਕੰਡੀਸ਼ਨਸ ਨੇ ਤੁਸੀਂ ਸੈਟੀਸਫਾਈ ਕਰਨੀਆਂ ਹੈਗੀਆਂ ਤੁਹਾਨੂੰ ਪਰ ਪਤਾ ਹੋਣਾ ਚਾਹੀਦਾ ਕਿ ਉਹ ਕੰਡੀਸ਼ਨਸ ਕੀ ਹੁੰਦੀਆਂ ਹੈਗੀਆਂ ਕਲੀਅਰ ਜਿਵੇਂ ਕਿ ਆਪਾਂ ਨੂੰ ਕੋਈ ਫੰਕਸ਼ਨ ਐਫ ਐਕਸ ਦਿੱਤਾ ਹੋਇਆ ਹੈਗਾ ਤੇ ਇਹਨੂੰ ਆਪਾਂ ਫੋਰੀ ਸੀਰੀਜ਼ ਚ ਐਕਸਪਰੈਸ ਕਰ ਸਕਦੇ ਹਾਂਗੇ ਆ ਫੋਰੀ ਸੀਰੀਜ਼ ਦੀ ਆਹ ਸਟੇਟਮੈਂਟ ਤੁਹਾਨੂੰ ਮੈਂ ਪਹਿਲਾਂ ਹੀ ਦੱਸੀ ਹੋਈ ਹੈ ਕਿ a0/2 summation n 1 to infinity an cos nx summation bn sin nx and n next 1 to infinity ਜੇ a0 an bn ਕੀ ਆਪਣੇ ਕੋਲੇ ਕਨਸਟੈਂਸ ਹੁੰਦੀ ਹੈ ਇਹ ਫੋਰੀ ਸੀਰੀਜ਼ ਐਕਸਪੈਂਸ਼ਨ ਤੁਹਾਨੂੰ ਪਹਿਲਾਂ ਵੀ ਦੱਸੀ ਹੋਈ ਹੈ ਮੈਂ ਨੇ ਪਰ ਇੱਥੇ ਕਿ ਕੁਝ ਡਿਚਲੇਟ ਕੰਡੀਸ਼ਨਸ ਆਪਣੇ ਕੋਲੇ ਜੋ ਜੋ ਵੀ ਫੰਕਸ਼ਨ ਆਪਾਂ ਨੂੰ ਗੀਵਨ ਹੋਏਗਾ ਜਿਹਨੂੰ ਕਿ ਆਪਾਂ ਫੂਰੀਅਰ ਸੀਰੀਜ਼ ਚ ਕਨਵਰਟ ਕਰਨਾ ਹੈ ਉਸਦੇ ਕਿ ਡਿਚਲੇਟ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਸੈਟੀਸਫਾਈ ਹੋਣੇ ਚਾਹੀਦੀਆਂ ਪਰ ਆਪਾਂ ਇੱਥੇ ਉਹ ਡਿਚਲੇਟ ਕੰਡੀਸ਼ਨਸ ਕੀ ਹੈਗੀਆਂ ਕਿ ਫੰਕਸ਼ਨ ਮਸਟ ਬੀ ਕੀ ਹੋਣਾ ਚਾਹੀਦਾ ਪੀਰੀਆਡਿਕ ਹੋਣਾ ਚਾਹੀਦਾ ਕਿ ਪੀਰੀਆਡਿਕ ਦੀ ਡਿਫੀਨੇਸ਼ਨ ਮੈਂ ਤੁਹਾਨੂੰ ਸਟਾਰਟ ਚੈਪਟਰ ਦੀ ਸਟਾਰਟਿੰਗ ਦੇ ਵਿੱਚ ਦੱਸੀ ਸੀ ਕੀ ਇਹ ਹੀ ਕੀ ਹੁੰਦਾ ਹੈ ਕਿ ਇੱਕ ਫਿਕਸਡ ਇੰਟਰਵਲ ਤੋਂ ਬਾਅਦ ਰਿਪੀਟ ਹੋਣਾ ਸ਼ੁਰੂ ਹੋ ਜਾਂਦਾ ਹੈ दैट इज ਪੀਰੀਔਡਿਕ ਜਿਵੇਂ ਕਿ ਆਪਣੇ sin x ਜਾਂ cos x ਜਿਹੜੇ ਫੰਕਸ਼ਨਸ ਹੁੰਦੇ ਆ ਕਿ ਹੁੰਦੇ ਪੀਰੀਔਡਿਕ ਹੁੰਦੇ ਆ ਕਿ ਜਦੋਂ 2π ਪਲੱਸ ਆਪਾਂ x ਕਰਦੇ ਆ ਆਪਣੇ ਕੋਲੇ ਸੇਮ ਉਹੀ ਵੈਲਿਊ ਆ ਜਾਂਦੀ ਹੈਗੀ ਹੈ ਨਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਟੇਬਲ ਦੇ ਵਿੱਚ ਤਾਂ ਜਿਹੜੇ ਫੰਕਸ਼ਨਸ ਐ ਉਹ ਕੀ ਹੋਣਾ ਚਾਹੀਦੇ ਪੀਰੀਓਡਿਕ ਹੋਣੇ ਚਾਹੀਦੇ ਸਿੰਗਲ ਵੈਲਿਊ ਐਂਡ ਫਾਈਨਾਈਟ ਹੋਣੇ ਚਾਹੀਦੇ ਕਿ ਕੋਈ ਵੀ ਫੰਕਸ਼ਨ ਐ ਉਹ ਕੀ ਹੋਣਾ ਚਾਹੀਦਾ ਉਹਦੀ ਵੈਲਿਊ ਇਨਫਾਈਨਾਈਟ ਨਹੀਂ ਹੋਣੀ ਚਾਹੀਦੀ ਜੋ ਵੀ ਇੱਥੇ ਆਪਾਂ ਨੂੰ ਫੰਕਸ਼ਨ गिवन ਐ ਉਹਦੀ ਵੈਲਿਊ ਇਨਫਾਈਨਾਈਟ ਨਹੀਂ ਹੋਣੀ ਚਾਹੀਦੀ ਉਹ ਫਾਈਨਾਈਟ ਵੈਲਿਊ ਹੋਣੀ ਚਾਹੀਦੀ ਤੇ ਸਿੰਗਲ ਵੈਲਿਊ ਇੱਕ ਆਨਸਰ ਹੋਣਾ ਚਾਹੀਦਾ ਆਪਣੇ ਕੋਲ ਕਲੀਅਰ ਸਿੰਗਲ ਵੈਲਿਊ ਆਨਸਰ ਆਪਣੇ ਕੋਲੇ ਆਏਗਾ ਜਦੋਂ ਵੀ ਆਪਾਂ ਫੰਕਸ਼ਨ ਨੂੰ ਸੋਲਵ ਕਰਾਂਗੇ ਨੈਕਸਟ ਜਿਹੜੀ ਸੈਕਿੰਡ ਕੰਡੀਸ਼ਨ ਹੈਗੀ ਹੈਗੀ ਕਿ ਐਫ ਐਕਸ ਹੈਜ਼ ਅ ਫਾਈਨਾਈਟ ਨੰਬਰ ਆਫ ਫਾਈਨਾਈਟ ਡਿਸਕੰਟੀਨਿਉਟੀ ਇਨ 애니 ਵਨ ਪੀਰੀਅਡ ਕਲੀਅਰ ਬੇਟਾ ਇਸ ਇਹ ਜਿਹੜੀ ਹੈਗੀ ਕੰਡੀਸ਼ਨ ਇਹਦੇ ਵਿੱਚ ਕੀ ਹੋਏਗਾ ਸਮਝ ਦੇ ਵਿੱਚ ਆ ਦੇਖੋ ਬੇਟਾ ਤੁਹਾਨੂੰ ਇਹਦੇ ਵਿੱਚ ਇਹੀ ਫਰਕ ਹੋਏਗਾ ਪਹਿਲੀ ਤੇ ਦੂਜੀ ਐਕਸਰਸਾਈਜ਼ ਦੇ ਵਿੱਚ ਕਿ ਜੋ ਵੀ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਹੈਗਾ ਉਦਾ ਜਿਵੇਂ ਕੀ ਇੰਟਰਵਲ ਹੈ ਟੋਟਲ ਇੰਟਰਵਲ ਤਾਂ ਆਪਾਂ ਨੂੰ ਪਹਿਲਾਂ ਵੀ ਦਿੱਤਾ ਹੁੰਦਾ ਸੀ 0 ਤੋਂ 2 ਪਾਈ ਦਿੱਤਾ ਹੋਇਆ ਹੈ ਜੀਗਾ ਉਹ ਵੀ ਇਹਦੇ ਵਿੱਚ ਵੀ ਟੋਟਲ ਇੰਟਰਵਲ ਆਪਾਂ 0 ਤੋਂ 2 ਪਾਈ ਦਿੱਤਾ ਹੋਇਆ ਹੈ ਪਰ ਕੀ ਹੈਗਾ ਕਿ ਇਹਦੇ ਵਿੱਚ ਕੀ ਹੋਏਗਾ ਫੰਕਸ਼ਨ ਕਿਤੇ ਨਾ ਕਿਤੇ ਡਿਸਕੰਟੀਨਿਊ ਹੋਏਗਾ ਕਿ ਜਿਵੇਂ ਕੀ ਇਹ ਫੰਕਸ਼ਨ ਆਪਾਂ 0 ਤੋਂ ਪਾਈ ਵਾਸਤੇ ਅਲੱਗ ਦਿੱਤਾ ਹੋਇਆ ਡਿਸਕੰਟੀਨਿਟੀ ਦਾ ਮਤਲਬ ਇਹ ਹੈ 0 ਤੋਂ ਪਾਈ ਆਪਾਂ ਇਹਨੂੰ ਕੀ ਪਾਰਟਸ ਦੇ ਵਿੱਚ ਡਿਵਾਈਡ ਕਰਤਾ ਕਿ ਜਦੋਂ x ਦੀ ਵੈਲਿਊ 0 ਤੋਂ ਲੈ ਕੇ ਪਾਈ ਦੇ ਵਿੱਚ ਹੈ ਉਦੋਂ ਆਪਣੇ ਕੋਲੇ fx ਦੀ ਵ্যালੂ x ਹੋਏਗੀ ਤੇ ਜਦੋਂ π ਤੇ 2π ਦੇ ਵਿੱਚ ਹੈ ਉਦੋਂ fx ਦੀ ਵ্যালੂ 2π x ਹੋਏਗਾ ਯਾਨੀ ਬਾਕੀ ਜਗ੍ਹਾ ਤੇ ਇਹ ਕੀ ਹੋਏਗਾ ਡਿਸਕੰਟੀਨਿਊ ਹੋਏਗਾ ਇਸ ਏਸਿੰਡਰਵਲ ਦੇ ਵਿੱਚ ਕੀ ਹੋਏਗਾ ਇਹ ਕੰਟੀਨਿਊ ਹੋਏਗਾ ਤਾਂ ਮੀਨਸ ਇਹ ਕੀ ਹੈ ਇੱਕ ਫਾਈਨਾਈਟ ਨੰਬਰ ਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕਿ ਬਹੁਤ ਹੀ ਇਨਫਾਈਨਾਈਟ ਨੰਬਰ ਤੱਕ ਡਿਸਕੰਟੀਨਿਉਟੀ ਆਈ ਜਾਂਦੀ ਫਾਈਨਾਈਟ ਨੰਬਰ ਆਫ ਫਾਈਨਾਈਟ ਡਿਸਕੰਟੀਨਿਉਟੀ ਹੋਣੀ ਚਾਹੀਦੀ ਹੈ and fx has at the most a finite number of maxima and minima ਠੀਕ ਹੈ ਇਹਦੇ ਵਿੱਚ ਕੀ ਹੈਗਾ ਜਿਹੜੀਆਂ ਮੈਕਸਿਮਮ ਤੇ ਮਿਨਿਮਮ ਵੈਲਿਊਜ਼ ਹੋਣਗੀਆਂ ਫੰਕਸ਼ਨ ਦੀਆਂ ਫਾਈਨਾਈਟ ਨੰਬਰ ਆਫ ਮੈਕਸਿਮਾ ਮਿਨਿਮਾ ਉਹ ਕੀ ਹੋਣੀ ਚਾਹੀਦੀ ਹੈ ਘੱਟੋ ਘੱਟ ਹੋਣੀ ਚਾਹੀਦੀ ਹੈ ਉਹਦੀ ਇੱਕ ਪਾਰਟਿਕੂਲਰ ਵੈਲਿਊ ਜ਼ਰੂਰ ਹੋਣੀ ਚਾਹੀਦੀ ਹੈ ਕਲੀਅਰ ਉਸ ਤੋਂ ਬਾਅਦ ਬੇਟਾ ਆਪਾਂ ਜਿਹੜਾ ਇਹ ਇਹ ਜਿਹੜੇ ਕੰਡੀਸ਼ਨ ਸੀਗਾ ਜਸਟ ਤੁਸੀਂ ਰਿਮੈਂਬਰ ਕਰਨੀ ਹੈ ਐਸ ਇ ਡਿਚਲੇਟ ਕੰਡੀਸ਼ਨ ਦੀ ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ ਤਾਂ ਵਾਟ ਆਰ ਦ ਡਿਚਲੇਟ ਕੰਡੀਸ਼ਨਸ ਤਾਂ ਆ ਡਿਫੀਨੀਸ਼ਨ ਜਿਹੜੀ ਬੇਟਾ ਇਹ ਤੁਸੀਂ ਯਾਦ ਕਰ ਲੈਣੀ ਇੰਪੋਰਟੈਂਟ ਵੀ ਹੈ ਤੁਹਾਨੂੰ ਪੁੱਛ ਵੀ ਸਕਦੀ ਹੈਗੇ ਤਾਂ ਇਹਨੂੰ ਤੁਸੀਂ ਯਾਦ ਕਰ ਲੈਣਾ ਹੈ ਪਰ ਸਮਸ ਜਿਹੜੇ ਹੈਗੇ ਉਹ ਬਹੁਤ ਈਜ਼ੀ ਹੈ ਈਜ਼ੀਲੀ ਜਿਵੇਂ ਆਪਾਂ ਪਿੱਛੇ ਕਰਕੇ ਆਏ ਉਸੇ ਤਰੀਕੇ ਸਮਝ ਨੂੰ ਆਪਾਂ ਸੋਲਵ ਕਰਨਾ ਹੈ ਕਿ ਜਿਵੇਂ ਕਿ ਆਹ ਤੁਹਾਨੂੰ ਫੰਕਸ਼ਨ 기ਵਨ ਹੈ ਇਹਦੀ ਫੋਰিয়ার ਸੀਰੀਜ਼ ਬਣਾਉਣੀ ਹੈਗੀ ਫਰਕ ਸਿਰਫ ਇਹ ਹੈ ਕਿ ਇਹਦੇ ਵਿੱਚ ਦੋ ਇੰਟਰਵਲਸ ਦਿੱਤੇ ਆ ਪਹਿਲਾ ਇੰਟਰਵਲ ਤੁਹਾਨੂੰ ਇੱਕੋ ਹੀ ਦਿੱਤਾ ਹੁੰਦਾ ਸੀ 0 ਟੂ 2 ਪਾਈ ਹੁਣ ਇਹਦੇ ਵਿੱਚ ਦੋ ਇੰਟਰਵਲਸ ਦਿੱਤੇ ਆ ਉਹਦੇ ਅਕੋਰਡਿੰਗ ਤੁਸੀਂ ਫੰਕਸ਼ਨ ਦੀ ਵੈਲਿਊ ਲੈ ਕੇ ਸੋਲਵ ਕਰਨਾ ਤੇ ਇਹਨੂੰ ਡਿਡਿਊਸ ਕਰਨਾ ਹੈ ਆਪਾਂ ਪਹਿਲਾਂ ਵੀ ਕਰਦੇ ਸੀ ਐਂਡ ਚੈਨਲ ਦੀਆਂ ਵੈਲਿਊਜ਼ ਆਪਾਂ ਪੁੱਟ ਕਰ ਦੇਣੀਆਂ ਹੈਗੇ ਤਾਂ ਆਪਣੇ ਕੋਲੇ ਆਗਲਾ ਰਿਜ਼ਲਟ ਬਣ ਜਾਏਗਾ ਜਿਵੇਂ ਕਿ ਫਰਸਟ ਐਗਜ਼ਾਮਪਲ ਮੈਂ ਤੁਹਾਨੂੰ ਜੇ ਸਮਝਾਵਾਂ ਆ ਤੁਹਾਨੂੰ 기ਵਨ ਹੈ ਫੋਰিয়ার ਸੀਰੀਜ਼ ਦਾ ਫਾਰਮੂਲਾ ਤੁਹਾਨੂੰ ਪਤਾ ਹੈਗਾ ਬਾਇਓਲਰਸ ਫਾਰਮੂਲਾ ਠੀਕ ਹੈ ਆਪਾਂ ਕੀ ਕਰਾਂਗੇ ਤਿੰਨੋਂ ਕਨਸਟੈਂਟਸ a0 an ਤੇ bn ਦੀ ਜਿਵੇਂ ਪਹਿਲਾਂ ਵੈਲਿਊ ਕੱਢਦੇ ਸੀ ਉਸੇ ਤਰ੍ਹਾਂ ਹੀ ਆਪਾਂ ਵੈਲਿਊ ਕੱਢਾਂਗੇ ਦਾ a નોટ ਦੀ ਵੈਲਿਊ ਆਪਾਂ ਨੂੰ ਪਤਾ ਹੈ 1/π ਇੰਟੀਗਰਲ 0 ਤੋਂ 2π fx dx ਹੁੰਦੀ ਹੈਗੀ ਹੁਣ ਤੁਸੀਂ ਕੀ ਕਰਨਾ ਹੈ ਜਿਹੜੀਆਂ ਲਿਮਿਟਸ ਆਪਣੇ 0 ਤੋਂ 2π ਉਹਨ ਅਕੋਰਡਿੰਗ ਟੂ 기ਵਨ ਕੰਡੀਸ਼ਨ ਆਪਾਂ ਕੀ ਕਰਾਂਗੇ ਡਿਵਾਈਡ ਕਰ ਲਾਂਗੇ ਬ੍ਰੇਕ ਕਰ ਲਾਂਗੇ 0 ਤੋਂ π ਵਾਸਤੇ fx dx ਤੇ π ਤੋਂ 2π ਵਾਸਤੇ fx dx ਹੁਣ ਜੋ ਆਪਾਂ ਨੂੰ ਪਤਾ ਹੈ 0 ਤੋਂ π ਦੇ ਵਿੱਚ fx ਦੀ ਵੈਲਿਊ ਕਿੰਨੀ ਹੈ x ਤਾਂ ਆਪਾਂ ਵੈਲਿਊ x ਪੁੱਟ ਕਰ ਦਿੱਤੀਗੀ ਤੇ π ਤੋਂ 2π ਦੇ ਵਿੱਚ ਇਹਦੀ ਵੈਲਿਊ ਹੈਗੀ 2π x ਤਾਂ ਵੈਲਿਊ ਆਪਾਂ ਨੇ 2 2fx ਦੀ ਵੈਲਿਊ 2π ਉਸ ਤੋਂ ਬਾਅਦ ਸਿੰਪਲ ਬੇਟਾ ਇੰਟੀਗਰਲ ਲੈਣਾ ਇੰਟੀਗਰਲ ਸਾਨੂੰ ਲੈਣਾ ਹੁੰਦਾ ਹੀ ਹੈਗਾ x ਦਾ x² 2 ਹੋ ਜਾਏਗਾ 2π x ਹੋ ਜਾਏਗਾ ਮਾਈਨਸ ਪਾਵਰ ਪਲੱਸ ਹੋ ਜਾਂਦੀ ਹੈ ਲਿਮਿਟਸ ਪੁੱਟ ਕਰ ਦੇਣੀਆਂ ਲਿਮਿਟਸ ਪੁੱਟ ਕਰਕੇ ਜੇ ਤੁਹਾਡੇ ਕੋਲ ਇੱਕ ਦਿਸ ਵਨ ਜਿਹੜੀ ਹੈਗੀ ਹੈ ਵੈਲਿਊ π ਆ ਜਾਏਗੀ ਕਲੀਅਰ ਇਹ ਗੇਕ ਵੈਲਿਊ ਆ ਗਈ a n ਉਹ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ a n ਦੀ ਵੈਲਿਊ ਕੱਢਣੀ ਹੈ a n ਦੀ ਵੈਲਿਊ ਵੀ ਉਸੇ ਤਰ੍ਹਾਂ ਹੀ ਵਨ ਇੰਟੀਗਰਲ ਫਾਰਮ ਦੇ ਵਿੱਚ 1 π ਇੰਟੀਗਰਲ 0 ਟੂ 2 π fx cos nx ਆਪਣੇ ਕੋਲ ਆ ਜਾਏਗਾ ਕਲੀਅਰ ਹੁਣ ਇਹਦੇ ਵਿੱਚ ਵੀ ਆਪਾਂ ਲਿਮਿਟਸ ਨੂੰ ਉਵੇਂ ਬ੍ਰੇਕ ਕਰਾਂਗੇ 0 ਟੂ π ਤੇ π ਟੂ 2 π ਦਾ 0 ਤੋਂ ਪਾਈ ਦੇ ਵਿੱਚ fx ਦੀ ਵੈਲਿਊ x ਹੁੰਦੀ ਹੈ ਆਪਾਂ ਨੂੰ 기ਵਨ ਹੈਗੀ ਤੇ ਪਾਈ ਤੋਂ 2 ਪਾਈ ਦੇ ਵਿੱਚ ਜਿਹੜੀ fx ਦੀ ਵੈਲਿਊ ਹੈਗੀ ਉਹ ਆਪਾਂ ਨੂੰ 기ਵਨ ਹੈ 2 ਪਾਈ ਮਾਈਨਸ x ਉਹ ਵੈਲਿਊ ਜਿਾਪਾ ਨੇ fx ਦੇ ਅੰਦਰ ਪੁੱਟ ਕਰ ਦਿੱਤੀ ਹੈਗੀ ਕਲੀਅਰ ਹੁਣ ਬਈਟਾ ਇਹਦੇ ਵਿੱਚ ਦੇਖੋ ਆਪਾਂ ਨੂੰ ਪਤਾ ਹੈਗਾ ਜਿਹੜਾ 2 ਪਾਈ ਮਾਈਨਸ 2 ਪਾਈ ਮਾਈਨਸ x ਹੈ ਇਹਨੂੰ ਕੀ ਹੈ ਆਪਾਂ ਹਾਂ ਸੋਲਵ ਕਰਾਂਗੇ ਆਪਾਂ ਲਿਮਿਟਸ ਚੇਂਜ ਕਰ ਲੈਣੇ ਹੁੰਦੇ ਨਾ ਬੇਟਾ ਆਪਾਂ ਨੇ ਪੁੱਟ ਕਰ ਲਿਆ 2 ਪਾਈ ਮਾਈਨਸ x ਨੂੰ t ਪੁੱਟ ਕਰ ਲਿਆ ਤਾਂ dx = ਮਾਈਨਸ dt ਹੋ ਜਾਏਗਾ ਲਿਮਿਟਸ ਵੀ ਆਪਣੀਆਂ ਉਹਦੇ ਅਕੋਰਡਿੰਗ ਚੇਂਜ ਹੋ ਜਾਣਗੇ ਇਹ ਬੇਟਾ ਤੁਸੀਂ ਸਾਰਾ ਕੁਝ ਪਲੱਸ ਸਵਿਚ ਕੀਤਾ ਹੋਇਆ ਬਹੁਤ ਵਾਰ ਤਾਂ ਮੈਨੂੰ ਜ਼ਿਆਦਾ ਜੋਰ ਨਹੀਂ ਪਾਵਾਂਗੀ ਤੁਸੀਂ ਇਹਨੂੰ ਰੀਡ ਕਰ ਲਿਓ इजीली ਤੁਹਾਨੂੰ ਸਮਝ ਆ ਜਾਏਗਾ ਕਿਉਂਕਿ ਸਟੈਪਸ ਇੰਟੀਗਰਲ ਨਾਲ ਹੀ ਰਿਲੇਟਡ ਹੈ ਤੁਹਾਨੂੰ ਇੰਟੀਗਰਲ ਚੰਗੀ ਤਰ੍ਹਾਂ ਆਉਂਦਾ ਹੈ ਪਾਈ ਟੂ 0 ਹੋਏਗਾ ਆਪਣੇ ਕੋਲੇ ਠੀਕ ਹੈ ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ 0 ਟੂ ਪਾਈ ਕਰਨੇ ਆ ਤਾਂ ਸਾਈਨ ਜਿਹੜਾ ਹੈਗਾ ਚੇਂਜ ਹੋ ਜਾਂਦਾ ਹੈਗਾ ਇਹ ਵੈਲਿਊ ਜਿਹੜੀ ਆਪਾਂ ਨੇ ਇੱਥੇ ਪੁੱਟ ਕਰ ਦਿੱਤੀ 0 ਟੂ ਪਾਈ ਲਿਮਿਟ ਹੋ ਗਈ ਇਹ ਵੀ 0 ਟੂ ਪਾਈ ਹੈ ਦੇਖੋ ਅੰਦਰ ਵਾਲਾ ਫੰਕਸ਼ਨ ਵੀ ਸੇਮ ਬਣ ਗਿਆ ਆਪਣੇ ਕੋਲੇ ਤਾਂ ਇਹ ਕੀ ਹੋ ਜਾਏਗਾ ਡਬਲ ਹੋ ਜਾਏਗਾ 2 ਆਪਾਂ ਨੇ ਮੂਰੇ ਲਾ ਦਿੱਤਾ ਇਹਨਾਂ ਨੂੰ ਐਡ ਕਰ ਦਿੱਤਾ 2 ਅੱਗੇ ਆ ਗਿਆਗਾ ਇਹਨੂੰ ਹੁਣ ਸੋਲਵ ਕਰ ਲੈਣਾ ਹੈ ਬਾਈ ਪ੍ਰੋਡਕਟ ਫਾਰਮੂਲਾ ਇੰਟੀਗਰਲ ਲੈਣਾ ਹੈ ਤਾਂ ਉਹਨੂੰ ਉਹਦੇ ਲਿਮਿਟਸ ਪੁੱਟ ਕਰ ਦਿੱਤੀਆਂ आंसर अपने को आ जाएगी दिस इज़ द वैल्यू ऑफ ए एन सिमिलरली आप की करेंगे हम बी एन दैल्यू वन पॉइंट पाई जीरो टू टू पाई एफ एक्स साइन एक्स लिमिट्स ब्रेक कर लीती है वैल्यूज़ पुट कर दी उस तरह ही आपने की कियाव कर लिता गा जिमें उपर किया टू पाई माइनस एक्स न पुट करके इतें भी Clear, कर आपने उ चीज़ की हैगी कलियर इनू सोल्व कर लिता गा तो अपने को बी एन दैल्यू जी है ओ आ गएगी जीरो आ गएगी क्लीयर इत सच बेटा आप करा शो कर देवे या अपने को चीज़ है जी जीरो टू टू पाई टू पाइ माइनस एक्साइन है एन एक्स है अपने की किया गया टी पुट कर दिया इनू टी आह वैल्यूज़ अपने को बन जाएंगे नैगेटिव वैल्यू आ जाएगी जीरो टू पाई ये दोनों आपस कैंसल हो जाएंगे तो यह वैल्यू की बन जाएगी जीरो बन जाएगी को आगे। जीरो आगे। तो मीनस बी एन दैल्यू अपने को आ गई जीरो आ गई सारिया वैल्यूज़ तुम की करोगे आ वाले फंक्शन से पुट कर दो ए नोट दैल्यू पाई से एन की वैल्यू पुट कर देवे बी एन आह अपने को जीरो ही बन जाएगा ਇਹ ਔਰ ਆਵਲੂਜ਼ ਆਪਾਂ ਨੇ ਪੁੱਟ ਕਰ ਦਿੱਤੀ ਹੈਗੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਹਦੇ ਵਿੱਚ ਬਿਟਾ n ਨੂੰ ਵੈਲਿਊਜ਼ ਦੇਣੀ ਹੈਗੀ n ਨੂੰ ਜਦੋਂ ਆਪਾਂ ਵੈਲਿਊਜ਼ ਦਵਾਂਗੇ ਦੇਖੋ ਇੱਥੇ ਤਾਂ π/2 ਬਣ ਜਾਏਗਾ ਐਥੇ ਤੁਸੀਂ ਇਹਨੂੰ ਕੀਤਾਗਾ 4/π 4/ π ਕਿਵੇਂ ਆਏਗਾ ਆਪਾਂ ਕੀ ਕਰਾਂਗੇ n ਨੂੰ ਵੈਲਿਊਜ਼ ਦੇਣੀ ਹੈ ਸ਼ੁਰੂ ਕਰ ਦਵਾਂਗੇ n ਨੂੰ ਜਦੋਂ ਤੁਸੀਂ ਵੈਲਿਊਜ਼ ਦਿਓਗੇ ਆ ਤਾਂ ਵੇਖੋ n ਨੂੰ ਵੈਲਿਊ 1 ਦਿੱਤੀ ਆਪਾਂ ਕਲੀਅਰ n ਨੂੰ ਵੈਲਿਊ ਜਦੋਂ ਆਪਾਂ 1 ਦਵਾਂਗੇ x 0 ਵਾਸਤੇ ਜਿਹੜਾ ਹੈਗਾ ਉਹ ਆਪਾਂ ਅਲੱਗ ਤੋਂ ਫਿਰ ਕੱਢ ਲਵਾਂਗੇ ਇਹਦੇ ਵਿੱਚ ਜਦੋਂ ਤੁਸੀਂ ਪਹਿਲਾਂ ਵੈਲਿਊਜ਼ ਦੇਣੀਆਂ ਹੈਗੀਆਂ n 1 ਟੂ ਇਨਫਿਨਟੀ ਹੋਣਾ ਸੀ ਤੇ ਇੱਥੇ ਨਾ ਨੇ 0 ਜਿਹੜਾ ਗਲਤ ਪਾ ਦਿੱਤਾ ਵਾ 1 ਪਉਣਾ ਸੀ ਤੇ 1 ਟੂ ਇਨਫਿਨਟੀ ਕੋਗੇ 0 ਪੁੱਟ ਕਰਾਂਗੇ ਤਾਂ ਇਹ ਵੈਲਿਊ ਇਨਫਿਨਿਟੀ ਬਣ ਜਾਏਗੀ ਤਾਂ ਸੋਲ ਵੀ ਨਹੀਂ ਹੋ ਪਾਏਗੀ ਜਦੋਂ ਤੁਸੀਂ n ਨੂੰ ਵੈਲਿਊ 1 ਦੋਗੇ ਦੇਖੋ ਇੱਥੇ 1 ਦਿੱਤਾ -1 -1 -1 -1 -2 ਹੋ ਜਾਏਗਾ ਤਾਂ -4 -2 ਹੋ ਗਿਆ ਤਾਂ 2 ਅਰिजिनल ਪੈ ਗਿਆ 4 ਬਣ ਗਿਆ ਦੇ 4 ਆਪਾਂ ਨੇ ਬਾਹਰ ਕਾਮਨ ਹੀ ਕਰ ਲਤਾ ਅੰਦਰ ਫਿਰ ਸਾਰੀਆਂ ਟਰਮਸ ਆਪਣੇ ਕੋਲੇ ਪਲੱਸ ਦੇ ਵਿੱਚ ਬਣ ਜਾਣਗੀਆਂ क्योंकि जो तो टू पुट करोंगे माइनस दे टू द माइनस वन दी पावर टू ए प्लस हो जाएगा अपने को जीरो बन जाएगा फिर अपने को वैल्यू जीरो आ जाएगी फिर थ्री वास्ते आप करेंगे क्लियर आ, थ्री वास्ते वैल्यू नेगेटिव आएगी और नैगेटिव ने बाहर कर लेता पॉजिटिव वास्ते कैंसल हो जाएगा बेटा तो इस तरह आप करा लिख लवेंगे ਇਹ ਆਪਣੇ ਕੋਲੇ ਇੱਕ ਟਰਮ ਆ ਗਈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਇਹਨੂੰ ਚੇਜ਼ ਕਰਨਾ ਹੈਗੇ ਇਹਦੇ ਵਿੱਚ ਇੱਥੇ ਚੇਂਜ ਕਰਨ ਵਾਸਤੇ ਆਪਾਂ ਕੀ ਕਰਾਂਗੇ x ਦੀ ਵੈਲਿਊ 0 ਪੁੱਟ ਕਰ ਦਵਾਂਗੇ x ਦੀ ਵੈਲਿਊ 0 ਪੁੱਟ ਕੀਤੇ ਆਪਣੇ ਕੋਲੇ ਰਿਜ਼ਲਟ ਆ ਗਿਆ ਠੀਕ ਹੈ ਕਿਉਂਕਿ cos 0 ਦੀ ਗੱਲ ਨੂੰ ਕੀ ਹੁੰਦੀ ਆਪਣੇ ਕੋਲੇ 1 ਹੁੰਦੀ ਹੈ ਜੀ ਲਈ ਉਹ ਵੈਲਿਊ ਆਪਾਂ ਨੇ ਪੁੱਟ ਕਰ ਦਿੱਤੀ ਉਸ ਤੋਂ ਬਾਅਦ ਹੁਣ ਇਹ ਵੀ ਚੀਜ਼ ਆਪਾਂ ਨੂੰ ਪਤਾ ਹੈ ਕਿ f0 f0 ਦੀ ਵੈਲਿਊ ਕੀ ਹੁੰਦੀ ਹੈ 0 ਹੁੰਦੀ ਜੀ ਤਾਂ ਇਹ ਨੂੰ ਆਪਾਂ 0 ਦੇ ਇਕੁਲ ਲਿਖ ਲਵਾਂਗੇ that is equal to π² 8 ਆਪਣੇ ਕੋਲੇ ਅਨਸਰ ਆ ਜਾਏਗਾ ਓਕੇ ਬੇਟਾ ਇਸ ਤਰ੍ਹਾਂ ਜਿਹੜਾ ਹੈਗਾ ਆ ਆਪਾਂ ਨੇ ਇਹ ਵਾਲੇ ਸਵਾਲ ਬਾਕੀ ਦੇ ਵੀ ਜਿੰਨੇ ਸਵਾਲ ਹੈ ਇਹ ਇਸੇ ਤਰ੍ਹਾਂ ਹੀ ਆਪਾਂ ਨੇ ਕੱਢਣੇ ਹੈਗੇ ਓਕੇ ਬੇਟਾ ਸੇਮ ਆਹੀ ਚੀਜ਼ ਈ ਹੈ ਜਸਟ ਲਿਮਿਟਸ ਦੇ ਵਿੱਚ ਈ ਹੈ ਫਿਰ ਆ ਬਾਕੀ ਆਪਣਾ ਸਾਰਾ ਕੁਝ ਸੇਮ ਰਹੇਗਾ ਜਿਵੇਂ ਕਿ ਆਪਾਂ ਪਿੱਛੇ ਕਰਕੇ ਆਏਂਗੇ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈਗਾ ਲਿਮਿਟਸ ਨੂੰ ਬਸ ਬ੍ਰੇਕ ਕਰਕੇ ਫਿਰ ਇੰਟੀਗਰਲ ਨੂੰ ਕਰਨਾ ਹੈਗਾ ਬਾਕੀ ਆਪਣਾ ਸਾਰਾ ਸੇਮ ਹੈ ਇਹ ਜੇ ਤੁਹਾਨੂੰ ਕਿਤੇ ਵੀ ਕੋਈ ਡਾਊਟ ਹੋਵੇ ਤਾਂ ਬੇਟਾ ਤੁਸੀਂ ਪੁੱਛ ਸਕਦੇ ਹੋਗੇ ਬਟ ਇਹ ਜ਼ਰੂਰ ਕਰਨਾ ਬਹੁਤ ਈਜ਼ੀ ਹੈ ਇਸ ਦੇ ਨਾਲ ਫਸਟ ਬੀ ਐਕਸਰਸਾਈਜ਼ ਜਿਹੜੀ ਉਹ ਤੁਹਾਡੀ ਹੋ ਜਾਂਦੀ ਹੈ ਸਾਰੀ ਐਗਜ਼ਾਮਪਲਸ ਤੁਸੀਂ ਧਿਆਨ ਨਾਲ ਕਰਿਓ ਅਗਲਾ ਆਪਾਂ ਨੈਕਸਟ ਲੈਕਚਰ ਚ ਕਰਾਂਗੇ ਥੈਂਕ ਯੂ ਬੇਟਾ